लड़ाई तो बहुत वड्डी सी जी, बहुत युद्ध होया पटियाले दे विच, बहुत जोर लग्या है जी। सुरजीत सिंह कोहली दी अगेंस्ट कैप्टन अमरिंदर सिंह प्लस बादल परिवार, क्योंकि दोनों किट्ठे हो जाते सी, सानू जिवें बली दा बकरा बना के अगे रख देंदे सी। ਸਾਡੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਨ ਕਰਕੇ ਅੱਜ ਦੋਨਾਂ ਪਰਿਵਾਰਾਂ ਦਾ ਗਣਿਤ ਜਿਹੜਾ ਹੈ ਉਹ ਵਿਗੜ ਗਿਆ। ਪਟਿਆਲੇ ਦੀ ਗੱਲ ਕੀਤੀ ਜਾਵੇ, ਕੈਪਟਨ ਅਮਰਿੰਦਰ ਸਿੰਘ ਦਾ ਕਿਲਾ ਪੁੱਟਣ ਵਾਲੇ ਇਸ ਸਮੇਂ ਸਾਡੇ ਨਾਲ ਨਵੇਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜਿਹੜੇ ਕੋਹਲੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਕੋਈ ਜਾਣ ਪਛਾਣ ਦਾ ਮਤਾਜ ਨਹੀਂ, ਲੇਕਿਨ ਇਹ ਸਭ ਤੋਂ ਵੱਡੀ ਇਹ ਉਹਨਾਂ ਦੀ ਪਛਾਣ ਆ, ਪਛਾਣ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਲਾ ਹਲਾਇਆ। ਬਹੁਤ ਬਹੁਤ ਮੁਬਾਰਕ ਹੈ ਕੋਹਲੀ ਸਾਹਿਬ। थैंक यू वीर जी, थैंक यू वेरी मच सर। किड्डी वड्डी लड़ाई सी जी? लड़ाई तो बहुत वड्डी सी जी, वड्डी लड़ाई सी, बहुत युद्ध होया पटियाले दे विच, बहुत जोर लग्या है जी। वी हैड टू वर्क आर स्किन आउट, जिथे पहुंचे अज बहुत 24 घंटे समझ लो भी 24 घंटे चो 18 घंटे काम करना पाया जी। ਤੁਹਾਡਾ ਪਰਿਵਾਰ ਤੇ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨਾਲ ਇਲੈਕਸ਼ਨ ਲੜਦਾ ਰਿਹਾ ਜੀ, ਹਾਰਦੇ ਵੀ ਰਹਾਗੇ, ਔਰ ਕਹਿ ਰਹੇ ਕਿ ਕੋਹਲੀ ਸਾਹਿਬ ਵੀ ਲੜੇ 3 ਵਾਰਾਂ, ਕੈਪਟਨ ਸਾਹਿਬ ਜਿੱਤੇ ਸੀ 3 ਵਾਰਾਂ, ਉਹ ਵੀ ਲੱਗਦਾ ਕਿ ਬਦਲਾ ਪੂਰਾ ਜਿਹਾ ਹੋ ਗਿਆ। ਸਰ ਗੱਲ ਬਦਲਾ ਦੀ ਨਹੀਂ ਹੈ ਜੀ, ਉਹ ਜਿਹੜੇ ਹਾਰ ਹੁੰਦੀ ਸੀ ਉਹ ਤਾਂ ਹਾਰ ਹੁੰਦੀ ਸੀ ਸੁਰਜੀਤ ਸਿੰਘ ਕੋਹਲੀ ਦੀ ਅਗੇਂਸਟ ਕੈਪਟਨ ਅਮਰਿੰਦਰ ਸਿੰਘ ਪਲੱਸ ਬਾਦਲ ਪਰਿਵਾਰ, ਕਿਉਂਕਿ ਦੋਨੋਂ ਇਕੱਠੇ ਹੋ ਜਾਂਦੇ ਸੀ, ਸਾਨੂੰ ਜਿਵੇਂ ਬਲੀ ਦਾ ਬੱਕਰਾ ਬਣਾ ਕੇ ਅੱਗੇ ਰੱਖ ਦਿੰਦੇ ਸੀ ਜੀ। ਅੱਜ ਦੇਖੋ ਕੀ ਹੋਇਆ ਜੀ, ਅੱਜ ਸਾਡੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਨ ਕਰਕੇ ਅੱਜ ਦੋਨਾਂ ਪਰਿਵਾਰਾਂ ਦਾ ਗਣਿਤ ਜਿਹੜਾ ਹੈ ਉਹ ਵਿਗੜ ਗਿਆ। ਔਰ ਮੈਂ ਸਮਝਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਫਾਈਟ ਮਿਲੀ ਹੈ ਨਾ ਜੀ ਪਟਿਆਲੇ 'ਚ, ਉਹਦਾ ਅਸਰ ਜਿਹੜਾ ਹੈ ਉਹ ਬਾਕੀ ਕੌਨਸਟੀਚੁਐਂਸੀਜ਼ ਦੇ ਉੱਤੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਹੋਇਆ, ਕਿਉਂਕਿ ਕੈਪਟਨ ਨੂੰ ਅਸੀਂ ਕੋਰਨਰ ਕਰਨ 'ਚ, ਦੇਖੋ ਉਹਨਾਂ ਨੂੰ ਮਜਬੂਰ ਹੋਣਾ ਪੈ ਗਿਆ ਕਿ ਰਾਜਨਾਥ ਸਿੰਘ ਨੂੰ ਰੋਡ ਸ਼ੋਅ ਲਈ ਬੁਲਾਇਆ, ਉਹਨਾਂ ਨੇ ਅਮਿਤ ਸ਼ਾਹ ਜੀ ਨੂੰ ਪਟਿਆਲੇ ਰੈਲੀ ਲਈ ਬੁਲਾਇਆ, ਗਜਿੰਦਰ ਸ਼ੇਖਾਵਤ ਜੀ ਆਏ, ਕੱਟਾ ਵੀ ਦਾਨ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਨਰਵਸਨੈਸ ਨੂੰ ਸ਼ੋਅ ਕਰਦੀਆਂ ਨੇ ਜੀ। ਮਤਲਬ ਟਿੱਲੇ ਦਾ ਜ਼ੋਰ ਲਾਇਆ ਔਰ ਕੱਟਾ ਵੀ ਦਾਨ ਕੀਤਾ, ਕੰਮ ਨਾ ਆਇਆ? ਕੰਮ ਨਹੀਂ ਆਇਆ ਜੀ, ਕੰਮ ਨਹੀਂ ਆਇਆ। ਲੋਕਾਂ ਦਾ ਦੇਖੋ, ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਕਿ ਵੋਟ ਹੁੰਦੀ ਹੈ ਨਾ ਜੀ, ਇਹ ਉਮੀਦ, ਆਸ, ਖੁਆਇਸ਼ ਹੁੰਦੀ ਹੈ ਹਰ ਵੋਟਰ ਦੀ। ਜੇ ਆਪਾਂ ਉਹਨਾਂ ਉਮੀਦਾਂ ਖਾਹਿਸ਼ਾਂ 'ਤੇ ਨਹੀਂ ਖਰਾ ਉਤਰਾਂਗੇ ਤਾਂ ਫਿਰ ਕੱਟੇ ਕੀ ਕਰਨਗੇ ਜੀ ਉਹਦੇ 'ਚ। ਅੱਛਾ, ਇੱਕ ਵਿਰਾਸਤੀ ਸ਼ਹਿਰ ਵੀ ਆ, ਦੂਜਾ ਸੀਐਮ ਸਿਟੀ ਵੀ ਰਿਹਾ ਹੈਗਾ, ਕਿੰਨਾ ਕੀ ਪਛੜਿਆ ਰਿਹਾ ਪਟਿਆਲਾ ਜੀ? ਸਰ ਤੁਸੀਂ ਆ ਕੇ ਆਪ ਦੇਖ ਸਕਦੇ ਹੋ ਜਿਹੜਾ ਹੈਗਾ ਉੱਥੇ, ਤੁਸੀਂ ਦੇਖੋ ਆ ਕੇ ਅੱਜ ਪਟਿਆਲੇ ਦਾ ਰਜਿੰਦਰਾ ਹੋਸਪਿਟਲ ਦਾ ਕੀ ਹਾਲ ਹੈ। ਉੱਥੇ ਜਿਹੜਾ ਹੈ ਕਨਾਲ ਬੇਸਡ ਵਾਟਰ ਸਪਲਾਈ ਨਹੀਂ ਪ੍ਰੋਜੈਕਟ ਸ਼ੁਰੂ ਹੋਇਆ, ਸਾਡੇ ਉੱਥੇ ਸੂਏਜ ਦੀ ਕਿੱਡੀ ਵੱਡੀ ਦਿੱਕਤ ਆ ਰਹੀ ਹੈ, ਸਾਡੇ ਸ਼ਹਿਰ ਦੇ ਵਿੱਚ ਡੇਅਰੀ ਫਾਰਮਿੰਗ ਸ਼ਿਫਟਿੰਗ ਨਹੀਂ ਹੋਈ, ਕੁਛ ਵੀ ਕੰਮ ਨਹੀਂ ਹੋ ਰਿਹਾ ਜੀ ਪਟਿਆਲੇ ਤਾਂ, ਕੋਈ ਸਾਰੇ ਪ੍ਰੋਜੈਕਟਸ ਜਿਹੜੇ ਨੇ ਉਹ ਇਨ ਪਾਈਪਲਾਈਨ ਹੀ ਰਹਿ ਗਏ, ਗੱਲਾਂ ਬਾਤਾਂ 'ਚ ਕਿਤਾਬਾਂ 'ਤੇ ਹੀ ਰਹਿ ਗਏ ਜੀ। ਬੜਾ ਵੱਡਾ ਚੈਲੰਜ ਹੋਣਾ ਜੀ ਇਹ ਕੰਮ ਜਿਹੜੇ ਕਰਾਉਣੇ ਨੇ, ਬਹੁਤ ਵੱਡਾ ਚੈਲੰਜ ਹੋਊਗਾ। ਚੁਣੌਤੀਆਂ ਜ਼ਿਆਦੀਆਂ ਪਟਿਆਲੇ 'ਚ? ਬਿਲਕੁਲ, ਬਹੁਤ ਜ਼ਿਆਦਾ ਨੇ ਸਰ, ਬਹੁਤ ਜ਼ਿਆਦਾ। ਕੀ ਰੱਖਿਆ ਕਿ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਪੇਸ਼ੀ ਆ ਮੋਟੇ ਤੌਰ 'ਤੇ, ਕਿ ਉਹ ਦੂਰ ਕੀਤੀ ਜਾ ਸਕਦੀ ਹੈ? ਦੇਖੋ ਜੀ, ਗੱਲ ਤਾਂ ਪੋਲੀਟੀਕਲ ਵਿਲ ਦੀ ਹੈ, ਗੱਲ ਹੈਗੀ ਹੈ ਤੁਹਾਡੀ ਪ੍ਰਾਇਰਿਟੀਜ਼ ਦੀ। ਕੈਪਟਨ ਸਾਹਿਬ ਨੇ 200 ਕਰੋੜ ਰੁਪਇਆ ਸਾਡੇ ਉੱਥੇ ਨਾਲਿਆਂ ਦੇ ਉੱਤੇ ਲਗਾਤਾ, ਸਾਡੇ ਛੋਟੀ ਨਦੀ ਵੱਡੀ ਨਦੀ ਦੇ ਸੁੰਦਰੀਕਰਨ 'ਤੇ ਲਾਤਾ, ਪਤਾ ਨਹੀਂ ਉਹ ਕਿਸ ਕੰਮ ਆਊਗਾ, ਕੌਣ ਜਾ ਕੇ ਉੱਥੇ ਉਹਦਾ ਲੁਤਫ ਲਊਗਾ, ਕੀ ਫਾਇਦਾ ਹੋਊਗਾ ਪਟਿਆਲੇ ਸ਼ਹਿਰ ਨੂੰ ਉਸ 200 ਕਰੋੜ ਦਾ। ਮੇਰੇ ਵਾਸਤੇ ਜੇ ਮੈਨੂੰ ਚਾਂਸ ਮਿਲਿਆ ਹੁੰਦਾ, 200 ਕਰੋੜ ਰੁਪਇਆ ਮੈਂ 1-1 ਕਰੋੜ 1-1 ਮਹੱਲੇ 'ਚ ਲਗਾਉਂਦਾ, 200 ਮਹੱਲਿਆਂ 'ਚ 200 ਕਰੋੜ ਲਗਾ ਕੇ ਸ਼ਹਿਰ ਦੀ ਕਾਇਆਕਲਪ ਹੋ ਸਕਦੀ ਸੀ। ਸੋ ਉਹੀ ਬ੍ਰੈਫਟ ਆਫ ਐਨੀ ਪੋਲੀਟੀਕਲ ਵਿਜ਼ਡਮ, ਆਪਣਾ ਕਨੈਕਟ ਨਹੀਂ ਸੀ ਜੀ ਸ਼ਹਿਰ ਦੇ ਵਿੱਚ ਉਹਨਾਂ ਦਾ। ਸੋ ਜੋ ਫੀਡਬੈਕ ਅਫਸਰਾਂ ਨੇ ਦੇਤਾ, ਕਿਸੇ ਨੇ ਸਮਝਾਤਾ, ਵਧੀਆ ਲੱਗਿਆ ਅਤੇ ਚਲੋ ਜੀ ਕਰ ਲਓ, ਇਹ ਚੀਜ਼ਾਂ ਚੱਲਦੀਆਂ ਜੀ। ਅੱਛਾ, ਅਸੀਂ ਮਿਲੇ ਵੀ ਹੈਗੇ ਸੀ ਫਾਦਰ ਸਾਹਿਬ ਸੁਰਜੀਤ ਸਿੰਘ ਕੋਹਲੀ ਸਾਹਿਬ ਹੋਣਾ ਨੂੰ, ਇਲੈਕਸ਼ਨ ਲੜੇ, ਅਕਾਲੀ ਪਰਿਵਾਰ ਸੀ, ਟਕਸਾਲੀ ਪਰਿਵਾਰ ਸੀ, ਇੱਕਦਮ ਆਮ ਆਦਮੀ ਪਾਰਟੀ ਜਾਂਦੇ ਨੇ, ਉਹ ਲੱਗਦਾ ਸੀ ਕਿ ਟਕਸਾਲੀ ਜਿਹੜੇ ਉਹ ਅਕਾਲੀ ਦਲ ਨੂੰ ਛੱਡਣ ਲੱਗਾ ਥੋੜ੍ਹਾ ਜਿਹਾ ਸੋਚਦੇ ਨੇ, ਪਰ ਹੁਣ ਲੱਗਦਾ ਕਿ ਉਹਨਾਂ ਨੇ ਕਿਹਾ ਕਿ ਅਜੀਤਪਾਲ ਸਿੰਘ ਕੋਹਲੀ ਦਾ ਡਿਸੀਜਨ ਸਹੀ, ਖੁਸ਼ ਨੇ ਪੂਰੇ ਜੀ? ਮੈਂ ਤੁਹਾਨੂੰ ਦੱਸਾਂ, ਮੈਨੂੰ ਜਿੰਨੇ ਫੋਨ ਅਕਾਲੀ ਦਲ ਦੇ ਲੀਡਰਸ ਦੇ ਆਏ ਨੇ ਵਧਾਈ ਦੇਣ ਵਾਸਤੇ, ਉਹ ਕਹਿੰਦੇ ਪੁੱਤਰਾ ਤੂੰ ਤਾਂ ਸਾਡੇ ਤੋਂ ਵੀ ਨੰਬਰ ਅੱਗੇ ਲੈ ਗਿਆ, ਤੂੰ ਸਹੀ ਟਾਈਮ 'ਤੇ ਸਹੀ ਡਿਸੀਜਨ ਲਿਆ, ਅਸੀਂ ਨਹੀਂ ਲੈ ਪਾਏ, ਅਸੀਂ ਐਡਾ ਵਿਲ ਨਹੀਂ ਦਿਖਾ ਪਾਏ, ਇੰਨੇ ਗੱਟਸ ਨਹੀਂ ਦਿਖਾ ਪਾਏ, ਅੱਜ ਪਛਤਾਉਂਦੇ ਹਾਂ, ਬਿਲਕੁਲ ਸਹੀ ਕੀਤਾ। ਸੋ ਯੂ ਕੈਨ ਸੀ ਕਿ ਅੱਜ ਅਕਾਲੀ ਦਲ ਵਾਲੇ ਹੀ ਆਪ ਉੱਥੇ ਬੈਠੇ ਮਾਯੂਸੀ ਦੇ ਵਿੱਚ, ਇਹ ਕਹਿੰਦੇ ਵੀ ਕੋਹਲੀ ਜਿਹੜਾ ਹੈ ਉਹ ਠੀਕ ਜਿਹੜਾ ਹੈ ਉਹਨੇ ਡਿਸੀਜਨ ਲਿਆ ਜੀ। ਕੋਹਲੀ ਪਰਿਵਾਰ ਜਿਹੜੀਆਂ ਲਗਾਤਾਰ ਹਾਰਾਂ ਹੋ ਰਹੀਆਂ ਸੀ, ਉਹ ਅੱਜ ਜਿਹੜੀ ਜਿੱਤ ਹੋਈ ਆ ਉਹ ਕਵਰ ਹੋ ਗਈਆਂ ਜੀ? ਗੁਰਦੇਵ ਬਾਦਸ਼ਾਹ ਸਾਹਿਬ ਦਾ, ਪਰਮਾਤਮਾ ਦਾ, ਅੱਲਾਹ ਤਾਲਾ ਦਾ, ਉਹਦਾ ਰਹਿਮ ਹੈ, ਉਹਦਾ ਕਰਮ ਹੈ ਜੀ, ਬੰਦੇ ਦੇ ਵਾਸ ਕੁਛ ਨਹੀਂ ਹੁੰਦਾ ਜੀ, ਉਹਦਾ ਫਜ਼ਲ ਹੈ ਸਾਰਾ। ਚਲੋ, ਸਾਡੇ ਲਈ ਸ਼ੁਭਕਾਮਨਾ। ਥੈਂਕ ਯੂ ਜੀ, ਥੈਂਕ ਯੂ। ਸਰ ਅਜੀਤਪਾਲ ਸਿੰਘ ਕੋਹਲੀ ਜਿਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲੇ ਤੋਂ ਹਰਾਇਆ, ਪਟਿਆਲੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣਾ ਵੀ ਕੋਈ ਖਾਲੇ ਵਾਲਾ ਚੈਲੰਜ ਸੀ,
वह इन्होंने पूरा किया है। हुण चुनौतियां नूं किवें पार करदे ने समां दस्सूगा। कैमरा मनदीप सिंह दे नाल जगतार सिंह पुल्लर, ABC पंजाब, चंडीगढ़।